ਅਸਲਾਮ ਵਾਲੇਕੁਮ ਸਹੀ ਅਸੀਂ ਹੁਣ ਕੇਰੋਰ ਪੱਕਾ ਪੁੱਜ ਗਏ ਹਾਂ ਅਸੀਂ ਇਹ ਸਾਡੇ ਦੋਸਤ ਸਾਡੇ ਨਾਲ ਬੈਠੇ ਤੇ ਅਸੀਂ ਪ੍ਰੋਫੈਸਰ ਸਾਹਿਬ ਇਹ ਟੋਪੀ ਪਾਤੀ ਬੈਠੇ ਸੀ ਡਾਕਟਰ ਸਾਹਿਬ ਦੇ ਨਾਲ ਬੈਠੇ ਨੇ ਫਰਾਨ ਵੀ ਬੈਠੇ ਨਾਲ ਇਸੇ ਅਸਾਂ ਬਹਾਵਲ ਗਾੜੀ 'ਚੋਂ ਮੌਜਾ ਬਹਾਵਲ ਗਾੜੀ 'ਚੋਂ ਇਹਨਾਂ ਪੁੱਛਾਤੇ ਸੀ ਕੇਰੋਰ ਪੱਕਾ ਤੋਂ ਹੁਣ ਸਮੇਂ ਦੇ ਪਏ ਕੇਰੋਰ ਪੱਕਾ ਸ਼ਹਿਰ ਵਾਲੇ ਇਨਸ਼ਾਅੱਲਾ ਤੋਂ ਕੇਰੋਰ ਪੱਕਾ ਸ਼ਹਿਰ ਦਿਖੇ ਇਹ ਅਸੀਂ ਬਹਾਵਲਗੜ੍ਹ ਦੀ ਬਸਤੀ ਦੇ ਵਿੱਚ ਆ ਗਏ ਮੌਜਾ ਬਹਾਵਲਗੜ੍ਹ ਜਿਹੜਾ ਮਸ਼ਹੂਰ ਹੈ ਨਾ ਕੇਰੋਰ ਪੱਕੇ ਦਾ ਇਹ ਉਹਦੀ ਮੇਨ ਬਸਤੀ ਦੇ ਵਿੱਚ ਅਸਾਂ ਆ ਗਏ ਅਸੀਂ ਇਹ ਟੈਂਕੀ ਖੜੀ ਹੋਈ ਸੀ ਇਹ ਪੂਰੇ ਇਲਾਕੇ ਦੇ ਵਿੱਚ ਫਿਲਟਰ ਵਾਲਾ ਪਾਣੀ ਸਪਲਾਈ ਦਿੰਦੇ ਸੀ ਟੈਂਕੀ ਤੋਂ ਇਹ ਸਾਹਮਣੇ ਬਸਤੀ ਵੀ ਅਸੀਂ ਇਹ ਦਰਖਤ ਸ਼ਰਖਤ ਕੱਟੇ ਨੇ ਪੈਣ ਬੰਦੇ ਇਹ ਬਹੁਤ ਪੁਰਾਣੀ ਬਸਤੀ ਹੈ ਤਕਰੀਬਨ 500 ਸਾਲ ਪੁਰਾਣੀ ਹੈ ਇੱਥੋਂ ਦੇ ਆਬਾਈ ਇਲਾਕੇ ਦੇ ਜਿਹੜੇ ਬੰਦੇ ਨਾ ਇਹ ਆਪਣੇ ਮਾਸਟਰ ਸਾਹਿਬ ਇੱਥੋਂ ਦੇ ਨੇ ਇਹ ਵਾਲੇ ਸਹਿਣ ਨੇ ਸਕੋਣ ਇਹਨਾਂ ਦੇ ਵਾਲਦ ਵਗੈਰਾ ਸਾਰੇ ਦੱਸੇ ਨੇ ਵੱਡੇ ਬੰਦੇ ਕਿ ਬਹੁਤ ਪੁਰਾਣੀ ਬਸਤੀ ਹੈ ਜਿੱਥੇ ਅਸੀਂ ਕਿੱਕਰ ਗੱਡੀ ਪੈਂਦੇ ਰਸਤਾ ਹੀ ਨਹੀਂ ਦਿੰਦੇ ਸਾਖੂ ਲੱਗਦੇ ਅੱਜ ਇਹ ਸੀ ਸਾਖੂ ਜਿਹੜਾ ਨੇ ਇਹਨਾਂ ਰਸਤਾ ਦੇ ਰਹੀ ਤੇ ਰਕਸ਼ੇ ਦੇ ਉੱਤੇ ਲੱਕੜੀ ਨਹੀਂ ਲੈਣੇ ਹੰਡੇ ਸਾਰੇ ਕਾਫੀ ਤਕਰੀਬਨ 35-40 ਮਣ ਲੱਕੜੀ ਥੀ ਵੈਸਨ ਕੀ ਕਰਦੇ ਇਹ ਹੁਣ ਸਾਗੋ ਰਸਤਾ ਨਹੀਂ ਦੇਣੇ ਸੀ ਅਸਾਂ ਲੱਕੜੀ ਕਰਾਸ ਕਰਦੇ ਪਏ ਇਹ ਸੀ ਜਾਨਵਰ ਖੜਨ ਸਾਹਮਣੇ ਮੰਜੀਆਂ ਟੋਟਲ ਮੰਜੀਆਂ ਸੀ ਚੁੱਕਦੇ ਪਏ ਨੇ ਬੜੇ ਸੈਟਮ ਨਾਲ ਇਹ ਸੀ ਮੌਜਾ ਬਹਾਵਲ ਗਾੜੀ ਵੇਚ ਦੇਖੋ ਸਿੰਧਿਆਤ ਦਾ ਮਾਹੌਲ ਬਾਲ ਇੱਕ ਮੈਂ ਹੱਥ ਪਕੜ ਦੇ ਵਧਣ ਦਾ ਸਕੂਨ ਚ ਗੱਡੀ ਡਿੱਠੇ ਨੇ ਹੁਣ ਗੱਡੀ ਤੇ ਥੱਲੇ ਆਉਣੇ ਨੇ ਅਸੀਂ ਆਵਾਮ ਸਾਹਮਣੇ ਖੜੀ ਹੋਈ ਬਹਾਵਲਗੜ੍ਹ ਦਾ ਮੌਜਾ ਹੀ ਅਸੀਂ ਬੜਾ ਮਸ਼ਹੂਰ ਹੈ ਕੇਰੋਰ ਪੱਕੇ ਮਸਤ ਦੇ ਮੇਨ ਜਗ੍ਹਾ ਦੇ ਵਿੱਚ ਆਇਆ ਵਧਿਆ ਸੀ ਅਸੀਂ ਬਹਾਵਲਗੜ੍ਹ ਦੇ ਮੇਨ ਬੰਦੇ ਹਨ ਅਸੀਂ ਇਹ ਸਾਡੇ ਦੋਸਤ ਹਨ ਅਸੀਂ ਇਹਨਾਂ ਨੂੰ ਮਿਲਦੇ ਪਏ ਅਸੀਂ ਅਸਲਾਮ ਲੋ ਇਹ ਡਾਕਟਰ ਸਾਹਿਬ ਖੜਨ ਸੀ ਫਰਾਨ ਭਾਈ ਹਨ ਇਹ ਸਾਡੇ ਵੀਰਾ ਅਸੀਂ ਹਾਜੀ ਆਸਿਫ ਸਾਹਿਬ ਹਨ ਸਿੰਘ ਇਹ ਤੋਂ ਮੌਜਾ ਬਹਾਵਲਗੜ੍ਹ ਦੇ ਚੇਅਰਮੈਨ ਹਨ ਸਹੀ ਠੀਕ ਹੋ ਗਿਆ ਬੜੀ ਤਕੜੀ ਪਾਰਟੀ ਹੈ ਇਹ ਇਨਸ਼ਾਅੱਲਾ ਹੁਣ ਮਾਫੀ ਦੇ ਤਲਬਗਾਰ ਹੈ ਖਿਦਮਤ ਖਾਲਕ ਦਾ ਮੌਕਾ ਦੇ ਸੇ ਇਨਸ਼ਾਅੱਲਾ ਬਹਾਵਲਪੁਰ ਚੱਕਰ ਲੈ ਸੇ ਇਨਸ਼ਾਅੱਲਾ ਟਾਈਮ ਲੱਗਾ ਅਸਲ ਗੱਲ ਇਹ ਹੈ ਕਿ ਇਹਨਾਂ ਕੋਲ ਟਾਈਮ ਬੜਾ ਸ਼ਾਰਟ ਹੁੰਦਾ ਹਾਂ ਟਾਈਮ ਦਾ ਮਸਰੂਫ ਹਨ ਜ਼ਿਆਦਾ ਕਿਉਂਕਿ ਨਿਆਂ ਕਰਨ ਨਾ ਲੋਕਾਂ ਦੇ ਰੋਜ਼ ਇੱਕ ਦਫਾ ਨਿਆਂ ਕਰਨ ਪੈਣ ਲੋਕਾਂ ਕੁੱਟੇ ਹੀ ਕੁਆ ਦੇ ਇਸੇ ਗਾਂ ਭੱਜੀ ਵਧੀ ਹੋਏ ਬਈ ਆ ਗਈ ਵੇ ਇਹ ਹੁਣ ਭੱਜੀ ਵਧੀ ਵੇ ਸੀ ਇਹ ਸੀ ਕੇਰੋਰ ਪੱਕਾ ਸ਼ਹਿਰ ਤੋਂ ਸਭ ਇਹਨੇ ਪਿਆ ਬਹਾਵਲਗੜ੍ਹ ਵਾਲੀ ਸਾਈਡ ਤੋਂ ਇਹ ਸ਼ਾਹਪੁਰ ਫੁੱਲਾਂ ਵਾਲਾ ਰੋਡ ਹੀ ਨਾ ਸੀ ਇੱਕ ਰੋਡ ਪੱਕੇ ਸ਼ਹਿਰ ਤੋਂ ਇਹਨੇ ਪਏ ਆਪਾਂ ਬੜਾ ਬਿਹਤਰੀਨ ਰੋਡ ਹੈ ਸਹੀ ਦਰਖਤ ਸ਼ਰਾਖੀ ਦੇ ਬਹੁਤ ਹਨ ਇਹ ਦੇਖੋ ਸਹੀ ਇਲਾਕਾ ਬਿਹਤਰੀਨ ਹੈ ਇਹ ਸਾਹਮਣੇ ਮੋਟਰਸਾਈਕਲ ਨਾਲ ਅੰਦਰ ਧੁੰਦ ਭਜਾਈ ਵਾ ਦੇਣ ਜਹਾਜ਼ ਬੜਾ ਹੀ ਬਿਲਕੁਲ ਇਹ ਸੀ ਦੇਖੋ ਦਰਖਤ ਬੜੇ ਸੋਹਣੇ ਪਿਆਰੀ ਛਾਂ ਬਿਹਤਰੀਨ ਇਹ ਸੀ ਸ਼ੈਡ ਇਹਦੇ 'ਚ ਖੀਰਾ ਬੂੜਾ ਪਵੇ ਦੇਖੇ ਇਹਨਾਂ ਦਾ ਖੀਰਾ ਮਚਾਵਾਂ ਇਸ ਕੇਲੇ ਕੇਲੇ ਬੂੜਾ ਹੈਣਾ ਨਹੀਂ ਮੈਂ ਇਸੇ ਦੇਖੋ ਧਿਆਨ ਦਾ ਮਾਹੌਲ ਸਹੀ ਇਹ ਸਾਰੀ ਆਵਾਮ ਆਪਦੇ ਅਫਰਾ ਤਫਰੀ ਦੁਨੀਆ ਦੀ ਅਫਰਾ ਤਫਰੀ ਮਸਰੂਫ ਹੈ ਇਹ ਦੇਖੋ ਅਸੀਂ ਬਿਹਤਰੀਨ ਸੈਟਅਪ ਹੈ ਇਹ ਹਵਾ ਪਰ ਨੜਨ ਬਾਲ ਸਾਈਕਲ ਦੀ ਇਹ ਦੇਖੋ ਅਸੀਂ ਜਨਾਬ ਆਵਾਮ ਜ਼ਰੀ ਲਖਵਾ ਤੇ ਵਧੀ ਫਿਲਹਾਲ ਦਾ ਸ਼ਹਿਰ ਪਹੁੰਚਣ ਲਿਆ ਸਰ ਸ਼ਹਿਰ ਪਹੁੰਚਦੇ ਵੱਲ ਤੋਂ ਸ਼ਹਿਰ ਦਿਖੇ ਨੇ ਕੇਰੋਰ ਪੱਕੇ ਦਾ ਜੀ